ਚੈਨਲ ਟੂਰ ਵਲੌਗਸ ਤੇ ਗਾਇਜ਼ ਅੱਜ ਅਸੀਂ ਕਰਨ ਜਾ ਰਹੇ ਹਾਂ ਬਲੂਨ ਚੈਲੰਜ ਜਿਹਦੇ ਵਿੱਚ ਹੁਣ ਸਾਡੇ ਕੋਲ ਹੈਗੇ ਆ 6 ਬਲੂਨਸ ਅਤੇ ਉਹਨਾਂ 'ਚੋਂ ਪਹਿਲਾਂ ਅਸੀਂ ਸਟੋਨ ਪੇਪਰ ਸੀਜ਼ਰ ਕਰਕੇ ਇੱਕ ਬਲੂਨ ਇੱਕ ਨੰਬਰ ਚੂਜ਼ ਕਰਨਾ ਆ ਉਹ ਬਲੂਨ ਆਪਣੇ ਉੱਪਰ ਰੱਖ ਕੇ ਇੱਦਾਂ ਫੋੜਨਾ ਆ ਅਤੇ ਅਸੀਂ ਕਿਸੇ ਦੇ ਵਿੱਚ ਪਾਣੀ ਨਹੀਂ ਪਾਇਆ ਇੱਦਾਂ ਕਈਆਂ ਦੇ ਵਿੱਚ ਇੱਦਾਂ ਪਾਏ ਆ ਡੇਅਰ ਪਾਏ ਆ ਅਤੇ ਕਈਆਂ ਦੇ ਵਿੱਚ ਔਰਿਕਾ ਆ ਹੁਣ ਆਪਾਂ ਤੁਹਾਨੂੰ ਮਿਲਦੇ ਆ ਹੁਣੇ ਸਾਡੇ ਬਲੂਨਸ ਖਿਲਰੇ ਫਿਰਦੇ ਆ ਇਹਨਾਂ 'ਚੋਂ ਅਸੀਂ ਨੰਬਰ ਚੂਜ਼ ਕਰਨੇ ਆ ਹੁਣ ਪਹਿਲਾਂ ਫੋਨ ਟਿਕਾਉਂਦੇ ਹਾਂ ਇਹ ਗਾਈਜ਼ ਪਹਿਲਾਂ ਆਪਾਂ ਦੇਖਦੇ ਹਾਂ ਸਰੂਨ ਪੇਪਰ ਸੀਜ਼ਰ ਕਰਕੇ ਕਿਹਦੀ ਪਹਿਲਾਂ ਵਾਰੀ ਆਉਂਦੀ ਆ ਚਲੋ ਗਾਈਜ਼ ਅਰਮਨ ਦੀ ਵਾਰੀ ਆ ਪਹਿਲਾਂ ਫਸਟ ਸੈਕਿੰਡ ਥਰਡ ਫੋਰਥ ਫਿਫਥ ਫੋਰਥ ਕੁਛ ਹੋਰ ਵੀ ਨਿਕਲਿਆ ਮੈਨੂੰ ਆਇਆ ਈਟ ਦਿਸ ਛੋਟੂ ਵਿਦ ਸੌਸ ਅਤੇ ਆਪਾਂ ਇਹਨੂੰ ਰੱਖਦੇ ਹਾਂ ਇੱਥੇ ਕਿਉਂਕਿ ਇਹ ਸੌਸ ਹੁਣ ਥੱਲੇ ਜਾ ਕੇ ਖਾਊਂਗੇ ਬਸ ਜ਼ਿਆਦਾਤਰ ਮੈਂ ਸੌਸ ਵਾਲੇ ਹੀ ਲਿਖੇ ਸੀਗੇ ਪੇਪਰ ਤੱਕ ਬਚਾਉਂਦਾ ਹੁਣ ਆਪਾਂ ਇਹਨੂੰ ਥੱਲੇ ਜਾ ਕੇ ਕਰੂੰਗੇ ਚੱਲ ਚੱਲ ਤੇਰੀ ਵਾਰੀ ਫੀਲ ਕਿਹੜਾ ਨੰਬਰ ਲੈਣਾ ਗਾਈਸ ਮੈਂ ਲੈਣਾ ਯਰ ਸੈਕਿੰਡ ਸੈਕਿੰਡ ਗਾਈਸ ਸਾਡੇ ਨਾਲ ਹੋਰ ਵੀ ਬਲੂਨ ਕਰ ਚੁੱਪ ਕਰ ਗਾਈਸ ਜੋਤਰ ਨਿਕਲ ਗਿਆ ਇੱਕ ਚਿੰਗਮ ਦੋ ਚਿੰਗਮਾਂ ਨਿਕਲ ਗਈਆਂ ਤੇ ਗਾਈਸ ਇੱਕ ਚਿੰਗਮ ਵਿੱਚੋਂ ਪਾਣੀ ਨਿਕਲੀ ਵੀਡੀਓ ਵਿੱਚ ਰੁਕ ਗਈ ਸੀਗੀ ਤੇ ਗਾਈਸ ਅਸੀਂ ਦਿਖਾ ਨਹੀਂ ਪਾਏ ਹਾਏ ਜੋਤ ਨੂੰ ਚਿੰਗਮ ਨਿਕਲੀ ਇਹ ਵਿੱਚ ਪੇਪਰ ਕਦੋਂ ਆਉਣ ਡਿਆ ਚੱਲ ਫਟ ਮੈਂ ਖਾ ਲਾਂ ਮੇਰੀ ਵਾਲੀ ਹੁਣ ਇੰਨਾ ਫੋੜਿਆ ਸੀ ਮੈਂ ਇੰਨਾ ਵਧੀਆ ਫੋੜਦਾ ਆ ਚਲ ਤੇ ਗਾਈਸ ਹੁਣ ਹੈਗੀ ਮੇਰੀ ਵਾਰੀ ਮੈਂ ਕਰਦੀ ਹਾਂ ਚੂਸ ਨੰਬਰ 1 ਆ ਪਿਆ ਹਾਏ ਬਿਸਕਿਟ ਵਿਦ ਸੌਸ ਨਾ ਹੋਵੇ ਗਾਈਸ ਇਸਕਾ ਭਾਈ ਵੀ ਆ ਗਿਆ ਦੇ ਰਿਹਾ ਜੋਤ ਕਹਿੰਦਾ ਕਿ ਇਹ ਚੈਲੰਜ ਆਪਾਂ ਬਾਅਦ ਚੋਂ ਕਰਨੇ ਹੁਣ ਚੱਲ ਤੇਰੀ ਵਾਰੀ ਇਹਨੇ ਕਿਹੜਾ ਨੰਬਰ ਲੈਣਾ ਪਿੱਛੇ ਨੂੰ ਦੋ ਚਿੰਗਮਸ ਨਿਕਲੇ ਜੋ ਕਿ ਮੈਂ ਠੂਸ ਠੂਸ ਕੇ ਪਾਈਆਂ ਸੀਗੀਆਂ ਇਟ ਦਿਸ ਵਿਦ ਸੌਸ ਓਪਨ ਇਟ ਵਿਦਆਊਟ ਇਹਨੂੰ ਆਇਆ ਓਪਨ ਇਟ ਵਿਦਆਊਟ ਯੂਜ਼ਿੰਗ ਹੈਂਡਸ ਤੇ ਨਾ ਓਪਨ ਇਟ ਵਿਦਆਊਟ ਯੂਜ਼ਿੰਗ ਹੈਂਡਸ ਚਲ ਮੇਰੇ ਹੱਥ ਪਾ ਦੇ ਚਲ
ਬਿਨਾ ਓਏ ਪਿੱਛੇ ਨੂੰ ਖੜ ਪਿੱਛੇ ਨੂੰ ਖੜ ਹਾਂ ਹਾਂ ਹੁਣ ਕਰ ਵਿਦਆਊਟ ਯੂਜ਼ਿੰਗ ਹੈਂਡਸ ਜੇ ਤੂੰ ਹੈਂਡਸ ਨਾ ਯੂਜ਼ ਕੀਤੇ ਤਾਂ ਤੇਰੇ ਆਹ ਚਿੰਗਮਾਂ ਜਾਣੀ ਆ ਦੋਨੀ ਮੇਰੇ ਕੋਲ ਗਏ ਸਨ ਮੇਰੇ ਦੀ ਆਹ ਰੈਪਰ ਪੇਪਰ ਲਾ ਕੇ ਦੇ ਮੈਨੂੰ ਹੈ ਏਦਾਂ ਥੋੜੀ ਨਾ ਹੋਣਾ ਆ ਮੈਨੂੰ ਨਹੀਂ ਪਤਾ ਦੇ ਰਿਹਾ ਬਸ ਕਰ ਏਦਾਂ ਨਹੀਂ ਹੋਣਾ ਏਦਾਂ ਨਹੀਂ ਹੋਣਾ ਏਦਾਂ ਹੀ ਹੋਣਾ ਏਦਾਂ ਹੋਣਾ ਆ ਆਹ ਦੇਖ ਇੱਥੇ ਜਿੱਦਾਂ ਚਿੰਗਮ ਰੱਖੇ ਹੋਏ ਕਿਤੇ ਵੀ ਇੱਦਾਂ ਰੱਖ ਕੇ ਖਾਣੀ ਏਦਾਂ ਖਾਣੀ ਏਦਾਂ ਖਾਣੀ ਨਹੀਂ ਕਿ ਉਹ ਆਪਣੇ ਡਾਊਟ ਯੂਜ਼ਿੰਗ ਹੈਂਡਸ ਆ ਹੁਣ ਤੇ ਤਾਂ ਜੇ ਨਾ ਹੋਈ ਨਾ ਤਾਂ ਫਿਰ ਬਸ ਮੇਰੀਆਂ ਹੋਈਆਂ ਚਿੰਗਮਸ ਚੱਲ ਕਰ ਲਾਸਟ ਟਰਾਈ ਹੈ ਤੇਰੀ ਬਸ ਨਹੀਂ ਹੋਣੀ ਤੇ ਨਾ ਮੇਰੀ ਆ ਕਿਹਨੇ ਰੱਖਤੀ ਇੱਥੇ ਚੱਲ ਰੱਖ ਤੇਰੀ ਤੂੰ ਨਹੀਂ ਚੱਲ ਦੋਨੇ ਇੱਧਰ ਗਈਆਂ ਜਿਹੜਾ ਸਿਲੇਬਸ ਗਾਇਸ ਮੇਰੀ ਚੱਲ ਹੁਣ ਮੇਰੀ ਵਾਰੀ ਕੀ ਲੈਣਾ ਮੈਂ ਲੈਣਾ 6th ਇਸ ਕੋ ਡੇਰ ਆਇਆ ਹਾਏ ਹਾਏ ਮੈਨੂੰ ਆਇਆ ਨਿੰਬੂ ਤੇ ਲੂਣ ਲਾ ਕੇ ਚਿੱਟਣਾ ਇਹਨੂੰ ਆਇਆ ਇੱਕ ਟੋਫੀ ਇਹਨੂੰ ਇੱਕ ਟੋਫੀ ਦੇ ਨਾਲ ਆਇਆ ਈਟ ਵਿਦ ਸੌਸ ਚੱਲ ਖਾ ਕਿਹੜੀ ਟੋਫੀ ਗਾਇਸ ਮੈਂ ਇਸ ਦੇ ਨਾਲ ਕਦੇ ਵੀ ਸੌਸ ਨਹੀਂ ਖਾ ਸਕਦਾ ਚੱਲ ਹੁਣ ਆਪਾਂ ਥੱਲੇ ਸੌਸ ਲੈ ਕੇ ਉਹਨੇ ਤੱਕ ਪਾਣੀ ਦਾ ਗਲਾਸ ਚੱਲ ਆ ਜਾ ਗਈ ਹੁਣ ਮੈਂ ਪਾਣੀ ਦਾ ਗਲਾਸ ਲੈਣ ਜਾ ਰਿਹਾ ਤੇ ਸੌਸ ਤੂੰ ਕੀ ਅਰਮਾਨ ਨੇ ਮੈਨੂੰ ਪੇਸਟਾ ਗਾਇਸ ਹਮ ਪੌੜੀਆਂ ਉਤਰ ਚੁੱਕੇ ਹਾਂ ਗਾਇਸ ਹਮਾਰੀ ਪਿਚਕੂ ਹੋਈ ਟੋਫੀ ਟੋਫੀ
ਨੈਚ ਵੇੜ ਨੇ ਖਲ ਇਹ ਪੂਰੀ ਰੇਸ ਸੀ ਡਬੋ ਨੂੰ ਦਿਖਾ ਹਣ ਗਾਇਸ ਆ ਸੁਰੀ ਖਾਣੀ ਆ ਕੋ ਐ ਇਦਾਂ ਚਟਣੀ ਨਹੀਂ ਚਟਣੀ ਨਹੀਂ ਪੂਰੀ ਇੱਕ ਵਾਰ ਚ ਮੂੰਹ ਪਾ ਤੇ ਗਾਇਸ ਮੈਨੂੰ ਆਇਆ ਸੀ ਆ ਪਿੰਦ ਕੂੜੀ ਦੇ ਨਾਲ ਸੌਸ ਲਾ ਕੇ ਖਾਣੀ ਇਹਨੂੰ ਮੈਂ ਪੂਰੇ ਸੌਸ ਦੇ ਵਿੱਚ ਡੋ ਰਿਹਾ ਹੈ ਸੌਸ ਮੈਨੂੰ ਸਵਾਦ ਲੱਗਦੀ ਸੌਸ ਵਾਲੇ ਚੈਲੰਜ ਖਤਮ ਹੋਏ ਮੇਰਾ ਹੈਗਾ 15 ਸੈਕਿੰਡ ਤੇ ਬਚੋ ਪਾਣੀ ਤੇ ਗਾਇਸ 15 ਸੈਕਿੰਡ ਦੇ ਵਿੱਚ ਪਾਣੀ ਦਾ ਗਲਾਸ ਪੀਣਾ ਆ ਬਚਿਆ ਸੀ ਗਾਇਸ 50 ਬੂੰਦਾਂ ਬਚੀ ਥੀ ਇਸਮੇ ਤੇ ਮੈਂ ਕੀਤਾ ਇਹ ਚੈਲੰਜ ਨੂੰ ਕੰਪਲੀਟ ਤੇ ਹੁਣ ਮੈਂ ਆਖਣ ਵਾਸਤੇ ਮੈਂ ਮੈਨੂੰ ਆਇਆ ਸੀ ਨਿੰਬੂ ਤੇ ਲੂਣ ਲਾ ਕੇ ਖਾਣਾ ਬਾਹਰੋਂ ਨਿੰਬੂ ਲੈ ਕੇ ਆਉਣੇ ਪਰ ਹੱਲੇ ਮੰਮਾ ਹੁਣੀ ਗਏ ਜੋ ਮੰਮਾ ਹੁਣੀ ਆਊਗੀ ਉਦੋਂ ਆਪਾਂ ਬਾਹਰੋਂ ਨਿੰਬੂ ਲੈ ਕੇ ਆਉਂਦੇ ਹੱਲੇ ਹੈਗਾ ਆ ਪਿਆ ਚੱਲ ਫਿਰ ਲੈ ਕੇ ਆ ਜਾ ਤੇ ਗਾਇਸ ਅੱਜ ਅਸੀਂ ਕੋਠੇ ਤੇ ਇਸ ਕਰਕੇ ਵੀਡੀਓ ਬਣਾਈ ਸੀ ਕਿਉਂਕਿ ਬਾਹਰ ਠੰਡਾ ਮੌਸਮ ਸੀ ਤੇ ਹਵਾ ਚੱਲਦੀ ਸੀਗੀ ਤੇ ਅੰਦਰ ਬਹੁਤ ਗਰਮੀ ਜੀ ਸੀ ਪਹਿਲਾਂ ਅਸੀਂ ਸੋਚਿਆ ਸੀ ਕਿ ਕੁਛ ਪਾਣੀ ਵਾਲਾ ਵੀ ਕਰੂੰਗੇ ਪਰ ਅੱਜ ਮੌਸਮ ਬਹੁਤ ਠੰਡਾ ਸੀ ਹਵਾ ਚੱਲਦੀ ਸੀਗੀ ਤੇ ਇਸ ਕਰਕੇ ਅਸੀਂ ਪਾਣੀ ਨਹੀਂ ਪਾਇਆ ਵੀ ਸ਼ਾਇਦ ਕੋਈ ਬਿਮਾਰ ਨਾ ਹੋ ਜਾਵੇ ਤੇ ਇਸ ਕਰਕੇ ਅਸੀਂ ਪਾਣੀ ਨਹੀਂ ਪਾਇਆ ਫਿਰ ਅਸੀਂ ਉਦੀਆਂ ਸੜੀਆਂ ਸੜੀਆਂ ਡੇਅਰਸ ਵਿੱਚ ਪਾ ਲਈਆਂ ਸੀਗੀਆਂ ਪਹਿਲਾਂ ਅਸੀਂ ਪੂਰੇ 10 ਬਲੂਨ ਲਿਆਉਂਦੇ ਸੀਗੇ ਪਰ ਉਹਨਾਂ ਦੇ ਵਿੱਚੋਂ ਸਾਰੇ ਫੁੱਟ ਫੁੱਟ ਕੇ 6 ਰਹਿ ਗਏ ਸੀ ਅਤੇ ਇਸ ਕਰਕੇ ਉਦਾਂ ਅਸੀਂ ਪਾਣੀ ਵੀ ਪਾਉਣਾ ਸੀ ਜੇ ਗਰਮੀ ਹੁੰਦੀ ਤਾਂ ਅਸੀਂ ਵਲੌਗ ਵੀ ਕੋਠੇ 'ਤੇ ਤਾਂ ਹੀ ਬਣਾਉਣ ਦੀ ਸੋਚੀ ਸੀਗੀ ਇਸ ਕਰਕੇ ਸ਼ਾਇਦ ਅਸੀਂ ਕੁਛ ਪਾਣੀ ਵਾਲਾ ਕਰੂੰਗੇ ਤਾਂ ਫਿਰ ਥੱਲੇ ਪਾਣੀ ਡੁੱਲ ਜਾਣਾ ਹੈ ਫਿਰ ਇਸ ਕਰਕੇ ਅਸੀਂ ਉੱਪਰ ਆਪਣਾ ਵਲੌਗ ਬਣਾਉਣਾ ਅੱਜ ਸ਼ੁਰੂ ਕੀਤਾ ਸੀ ਜੇ ਉੱਪਰ ਅੱਜ ਗਰਮੀ ਹੁੰਦੀ ਫਿਰ ਅਸੀਂ ਪਾਣੀ ਵੀ ਪਾ ਲੈਣਾ ਸੀ ਅਤੇ ਅਸੀਂ ਵਲੌਗ ਥੱਲੇ ਬਣਾਉਣਾ ਸੀ ਹਾਂ ਜੇ ਪੇਪਰ ਉੱਡਣ ਡਿਆ ਮਤਲਬ ਕਿ ਹਵਾ ਚੱਲਦੀ ਆ ਅਤੇ ਹਲੇ ਜੋ ਤਾਂ ਨਿੰਬੂ ਲੈਣ ਗਿਆ ਹੀ ਨਹੀਂ ਮੁੜਿਆ ਜੋ ਲੂਣ ਵੀ ਲੈ ਆਈ ਲੂਣ ਹਲੇ ਤੱਕ ਤਾਂ ਸਾਰਿਆਂ ਨੇ ਆਪਣੇ ਡੇਅਰ ਕੰਪਲੀਟ ਕਰ ਲਿਆ ਬਸ ਇੱਕ ਲਾਸਟ ਡੇਅਰ ਲੰਘਾ ਜਿਹੜਾ ਮੇਰਾ ਨਿੰਬੂ ਅਤੇ ਲੂਣ ਲਾ ਕੇ ਉਹਨੂੰ ਲਿਕ ਕਰਨਾ ਮਤਲਬ ਕਿ ਚੱਟਣਾ ਬਾਕੀ ਸਾਰੇ ਚੈਲੰਜ ਕੰਪਲੀਟ ਹੋ ਚੁੱਕੇ ਆ ਅੱਜ ਖਰਾਬ ਨਿੰਬੂ ਲਿਆਂਦਾ ਨਹੀਂ ਉਹ ਖਰਾਬ ਆ ਆਂਦੇ ਨਿੰਬੂ ਖਰਾਬ ਆ ਆਂਦੇ ਮੈਂ ਵਿੱਚ ਲੂਣ ਪਾਇਆ ਤੇ ਲੂਣ ਪਾਇਆ ਨਿੰਬੂ ਤਾਂ ਖਰਾਬ ਹੀ ਆ ਨਿੰਬੂ ਥੱਲੇ ਲੈ ਕੇ ਆਉਂਦੇ ਆ ਮੰਮਾ ਹੁਣ ਬਾਅਦ ਚ ਲਿਆਉਂਗੇ ਸਭ ਮੰਮਾ ਹੁਣ ਉਹਨੂੰ ਆ ਲੈਂਦੇ ਗਾਇਸ ਇੰਨਾ ਖਰਾਬ ਮਾਰ ਕੇ ਖੇਡੀ ਇੰਨਾ ਖਰਾਬ ਨਿੰਬੂ ਲਿਆ ਤੇ ਹੁਣ ਆਪਾਂ ਬਾਹਰ ਖੱਤੀ ਵੱਲ ਨਿੰਬੂ ਦਾ ਦਰਖਤ ਗਿਆ ਉੱਥੇ ਬਹੁਤ ਸਾਰੇ ਨਿੰਬੂ ਲੱਗੇ ਉੱਥੇ ਇੱਕ ਨਿੰਬੂ ਲੈ ਕੇ ਆਉਂਦੇ ਹਾਂ ਪਰ ਹਜੇ ਮੰਮਾ ਹੁਣੀ ਗਏ ਜੋ ਮੰਮਾ ਹੁਣੀ ਆਊਗਾ ਆਪਾਂ ਉਹਦੇ ਲੈ ਕੇ ਜਾਊਂਗੇ ਕਿਉਂਕਿ ਘਰੇ ਕੋਈ ਨਹੀਂ ਗਾ ਫਿਰ ਬਸ ਮੰਮਾ ਹੁਣਾਂ ਨੂੰ ਆ ਲੈਂਦੇ ਹੋਣੀ ਵਾਲੇ ਆ ਅਤੇ ਫਿਰ ਆਪਾਂ ਜਾਂਦੇ ਹਾਂ ਨਿੰਬੂ ਲੈ ਕੇ ਆਉਂਦੇ ਹਾਂ ਅਤੇ ਵਾਲਾ ਟਾਸਕ ਵੀ ਕੰਪਲੀਟ ਕਰਦੇ ਹਾਂ ਅਤੇ ਵਲੌਗ ਦੀ ਐਂਡਿੰਗ ਕਰਦੇ ਹਾਂ 2000 ਈਅਰਸ ਲੇਟਰ ਥੱਲੇ ਆ ਗਏ ਸੀਗੇ ਜੋਤ ਵੀ ਥੱਲੇ ਹੀ ਆ ਅਤੇ ਮੰਮਾ ਹੁਣੇ ਹਲੇ ਆਏ ਨਹੀਂ ਗਏ ਕਿੰਨਾ ਟਾਈਮ ਹੋ ਗਿਆ ਹੈ ਫਿਰ ਹਲੇ ਇੱਕ ਡੇਅਰ ਕੰਪਲੀਟ ਨਹੀਂ ਹੋਈ ਜੋਤ ਵੀ ਆਉਂਦੇ ਅਤੇ ਗਾਇਸ ਅਗਲਾ ਦਿਨ ਹੋ ਚੁੱਕਾ ਆ ਮੇਰਾ ਡੇਅਰ ਹਲੇ ਨਹੀਂ ਹੋਇਆ ਸੀਗਾ ਤਾਂ ਇਸ ਕਰਕੇ ਅਸੀਂ ਅੱਜ ਉਹ ਬੜਾ ਡੇਅਰ ਕਰਨ ਲੱਗੇ ਹਾਂ ਅਗਲਾ ਦਿਨ ਹੋ ਚੁੱਕਾ ਆ ਪਹਿਲਾਂ ਅਸੀਂ ਸੋਚਿਆ ਸੀ ਕਿ ਰਹਿਣ ਦਿੰਦੇ ਹਾਂ ਕਰਨ ਨੂੰ ਫਿਰ ਅਗਲਾ ਦਿਨ ਹੋ ਗਿਆ ਫਿਰ ਅਸੀਂ ਕਿਆ ਕਰ ਲੈਂਦੇ ਹਾਂ ਵੀ ਜੋ ਵਲੌਗ ਦੀ ਐਡੀਟਿੰਗ ਕਰਦੇ ਸੀ ਫਿਰ ਉੱਥੇ ਸਾਰੇ ਪਾਸੇ ਬੋਲਿਆ ਹੋਇਆ ਸੀ ਕਿ ਬੜਾ ਡੇਅਰ ਕਰੂੰਗੇ ਬੜਾ ਡੇਅਰ ਕਰੂੰਗੇ ਅਤੇ ਹੁਣ ਸਾਨੂੰ ਕਰਨਾ ਹੀ ਪੈਣਾ ਫਿਰ ਇਸ ਕਰਕੇ ਹੁਣ ਅਸੀਂ ਉਹ ਵਾਲਾ ਡੇਅਰ ਕਰਨ ਲੱਗੇ ਹਾਂ ਅਤੇ ਜੋਤ ਕਹਿੰਦਾ ਆ ਵੀ ਮੈਨੂੰ ਇੱਕ ਨਿੰਬੂ ਪਤਾ ਹੈ ਕਿੱਥੇ ਆ ਤਰਨ ਜੋਤ ਉਹ ਬੜਾ ਨਿੰਬੂ ਲੈਣ ਡਿਆ ਆ ਖਲਤੇ ਨੇ ਬੜਾ ਹੀ ਸੜਾ ਜਿਹਾ ਨਿੰਬੂ ਲੈ ਆਉਂਦਾ ਇਹ ਮੱਖੀ ਤੰਗ ਕਰਦੀ ਹੈ ਚਲੋ ਜੋਤ ਲੈ ਆਇਆ ਗਾਇਸ ਆ ਦੇਖੋ ਆ ਕੀ ਇੰਨੀ ਬੜਾ ਸਿਰਫ ਲਿਖ ਹੀ ਕਰਨਾ ਇਹਦਾ ਕੀ ਆ ਚਾਟੋ ਚਾਟੋ ਇਸਕੋ
ਕਰਨਾ ਆ ਅੱਜ ਹੀ ਸਰਨਾ ਤਸ ਤਾਂ ਕਰਕੇ ਬਲ ਗਿੱਲੇ ਇਸ ਕਰਕੇ ਖੁੱਲੇ ਤੂੰ ਨਹੀਂ ਨਤਾ ਚੱਲ ਅਦੇ ਹੈ ਬੋਲ ਗਈ ਸੇ ਮੈਂ ਵੀ ਝਟਕੇ ਦੇਖ ਲੂੰਗਾ ਮੈਂ ਚੱਟਿਆ ਨਹੀਂ ਜੇ ਤੁਹਾਡੇ ਕੋਲ ਕੋਈ ਚੈਲੇਂਜ ਵਲੌਗ ਦਾ ਸੁਜੈਸ਼ਨ ਹੋਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਬਾਏ।